हाँ जी सत श्री अकाल जी सारयां नूं। अज आपां कबड्डी खिडारी दुल्ला बग्गा पिंड वाले दी बायोग्राफी लेके आए हां। जी हाँ, सुपरस्टार रेडर दुल्ला बग्गा पिंड, जिन्हां दे अज लखां लोक दीवाने ने। इस वीडियो विच आपां उहनां दे जीवन, हाइट, स्ट्रगल ते उहनां बारे होर इंटरस्टिंग गल्लां तुहाडे तक लेके आए हां। सो वीडियो शुरू होण तों पहलां चलदी चलदी वीडियो नूं लाइक ते चैनल नूं सबसक्राइब जरूर कर लो, तां फिर तुहाडा बहुता समां ना लैंदे आपां शुरू करदे हां अज दी इह वीडियो। सो सब तों पहलां दुल्ला बग्गा पिंड दा असल नाम बलवीर सिंह है ते उहनां दा जन्म 13 सितंबर 1992 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਬੱਗਾ ਵਿੱਚ ਪਿਤਾ ਰੇਸ਼ਮ ਸਿੰਘ ਤੇ ਮਾਤਾ ਮਨਪ੍ਰੀਤ ਕੌਰ ਦੀ ਕੁੱਖੋਂ ਹੋਇਆ। ਉਹਨਾਂ ਦੀ ਉਮਰ ਸਨ 2022 ਦੇ ਹਿਸਾਬ ਨਾਲ 30 ਸਾਲ ਹੋ ਚੁੱਕੀ ਹੈ। ਦੁੱਲੇ ਦਾ ਵਿਆਹ ਹੋ ਚੁੱਕਿਆ ਹੈ ਤੇ ਉਹਨਾਂ ਦਾ ਇੱਕ ਬੇਟਾ ਵੀ ਹੈ। ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਮਾਤਾ ਪਿਤਾ, ਇੱਕ ਵੱਡਾ ਭਰਾ ਤੇ ਇੱਕ ਭੈਣ ਵੀ ਹੈ। ਜੇ ਉਹਨਾਂ ਦੀ ਹਾਈਟ ਬਾਰੇ ਗੱਲ ਕਰੀਏ ਤਾਂ ਉਹਨਾਂ ਦੀ ਹਾਈਟ ਤਕਰੀਬਨ 5 ਫੁੱਟ 10 ਇੰਚ ਦੇ ਕਰੀਬ ਹੈ। ਇਹਨਾਂ ਨੇ ਆਪਣੀ ਸਕੂਲਿੰਗ ਸਰਕਾਰੀ ਸੈਕੰਡਰੀ ਸਕੂਲ ਨੰਗਲ ਅੰਬੀਆਂ ਤੋਂ ਕੰਪਲੀਟ ਕੀਤੀ। ਸਕੂਲ ਵਿੱਚ ਦੁੱਲਾ ਪੜ੍ਹਾਈ ਦੇ ਨਾਲ ਨਾਲ ਨੈਸ਼ਨਲ ਸਟਾਈਲ ਕਬੱਡੀ ਵੀ ਖੇਡਦਾ ਸੀ। ਸੋ ਸ਼ੁਰੂ ਤੋਂ ਹੀ ਦੁੱਲਾ ਕਬੱਡੀ ਨਾਲ ਜੁੜ ਚੁੱਕਿਆ ਸੀ। ਜੇ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਪਹਿਲਾਂ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਪਿਤਾ ਡਰਾਈਵਰੀ ਕਰਦੇ ਸੀ। ਸੋ ਦੁੱਲਾ ਕਿਤੇ ਨਾ ਕਿਤੇ ਘਰ ਦੇ ਹਾਲਾਤ ਵੀ ਸੁਧਾਰਨਾ ਚਾਹੁੰਦਾ ਸੀ। ਉਹਨਾਂ ਦੀ ਇਸ ਸੋਚ ਨੇ ਉਹਨਾਂ ਨੂੰ ਕਬੱਡੀ ਖੇਡਣ ਲਈ ਹੋਰ ਪੰਪ ਕੀਤਾ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ, ਖਾਸ ਕਰ ਉਹਨਾਂ ਦੇ ਦਾਦਾ ਜੀ ਦੇ ਪਿਤਾ ਜੀ ਨੇ ਉਹਨਾਂ ਦਾ ਕਬੱਡੀ ਵਿੱਚ ਬਹੁਤ ਸਾਥ ਦਿੱਤਾ। ਸਨ 2010 ਤੋਂ ਦੁੱਲੇ ਨੂੰ ਇੱਕ ਵਧੀਆ ਉਸਤਾਦ ਮਿਲਿਆ, ਜਿਨ੍ਹਾਂ ਦਾ ਨਾਂ ਸੀ ਪਰਮਜੀਤ ਪੰਮਾ ਗਾਂਦਰਾਂ, ਜਿਨ੍ਹਾਂ ਤੋਂ ਦੁੱਲੇ ਨੇ ਕਬੱਡੀ ਦੇ ਦਾਅ ਪੇਚ ਸਿੱਖੇ। ਸਨ 2013 'ਚ ਦੁੱਲਾ ਪਹਿਲੀ ਵਾਰ ਇੰਗਲੈਂਡ ਕਬੱਡੀ ਖੇਡਣ ਗਿਆ ਤੇ ਵਲੈਤ ਦੇ ਮਿਸ਼ਨ ਦਾ 3ਜਾ ਟੌਪ ਦਾ ਰੇਡਰ ਬਣਨ ਦਾ ਮਾਣ ਆਪਣੇ ਨਾਂ ਕੀਤਾ। ਸਨ 2013 ਵਿੱਚ ਹੀ ਉਹਨਾਂ ਨੇ ਵਰਲਡ ਕੱਪ ਕਬੱਡੀ ਲਈ ਟਰਾਇਲ ਦਿੱਤਾ ਤੇ ਉਹ ਸਿਲੈਕਟ ਹੋ ਗਿਆ। ਕਬੱਡੀ ਵਰਲਡ ਕੱਪ 2013 ਵਿੱਚ ਦੁੱਲਾ ਬੈਸਟ ਰੇਡਰ ਰਿਹਾ ਤੇ ਉਹਨਾਂ ਨੂੰ ਪ੍ਰੀਤ ਟਰੈਕਟਰ ਦਿੱਤਾ ਗਿਆ ਤੇ ਜਦੋਂ ਦੁੱਲੇ ਨੂੰ ਟਰੈਕਟਰ ਦੀ ਚਾਬੀ ਫੜਾਈ ਗਈ ਤਾਂ ਉਹਨਾਂ ਨੇ ਚਾਬੀ ਨਾ ਫੜੀ ਤੇ ਚਾਬੀ ਆਪਣੇ ਉਸਤਾਦ ਪਰਮਜੀਤ ਪੰਮਾ ਜੀ ਨੂੰ ਫੜਾਈ ਤੇ ਟਰੈਕਟਰ ਦੀ ਸੀਟ ਉੱਤੇ ਉਹਨਾਂ ਨੂੰ ਹੀ ਬਿਠਾਇਆ। ਸੋ ਇੱਥੋਂ ਪਤਾ ਲੱਗਦਾ ਹੈ ਕਿ ਦੁੱਲਾ ਕਿੰਨਾ ਦਿਲਦਾਰ ਤੇ ਨਿੱਘੇ ਸੁਭਾਅ ਵਾਲਾ ਬੰਦਾ ਹੈ। ਉਹਨਾਂ ਨੇ ਕੈਨੇਡਾ ਮਿਸ਼ਨ ਸਨ 2018 ਵਿੱਚ ਵੀ ਬੈਸਟ ਰੇਡਰ ਦਾ ਮਾਨ ਹਾਸਲ ਕੀਤਾ ਤੇ ਨਾਲ ਹੀ ਉਹਨਾਂ ਨੇ 26 ਰੇਡਾਂ ਤੇ 26 ਅੰਕ ਬਣਾਉਣ ਦਾ ਰਿਕਾਰਡ ਵੀ ਬਣਾਇਆ। 3 ਫਰਵਰੀ 2019 ਨੂੰ ਦੁੱਲਾ ਨੰਗਲ ਅੰਬੀਆਂ ਦਾ ਟੂਰਨਾਮੈਂਟ ਖੇਡ ਘਰ ਵਾਪਸ ਆ ਰਿਹਾ ਸੀ ਤੇ ਰਸਤੇ ਵਿੱਚ ਉਹਨਾਂ ਉੱਤੇ ਗੋਲੀਆਂ ਨਾਲ ਹਮਲਾ ਹੋਇਆ। ਵਾਹਿਗੁਰੂ ਦਾ ਸ਼ੁਕਰ ਹੈ ਕਿ ਇਸ ਹਮਲੇ 'ਚ ਦੁੱਲੇ ਨੂੰ ਕੋਈ ਸੱਟ ਫੇਟ ਨਾ ਲੱਗੀ। ਇਸ ਤੋਂ ਇਲਾਵਾ ਦੁੱਲਾ ਕੈਨੇਡਾ ਵਿੱਚ ਵੀ ਕਬੱਡੀ ਖੇਡਦਾ ਹੋਇਆ ਇੰਜਰੀ ਦਾ ਸ਼ਿਕਾਰ ਹੋਇਆ ਜਦੋਂ ਉਹਨਾਂ ਦੀ ਲੱਤ ਟੁੱਟ ਗਈ ਸੀ ਤੇ ਉਹਨਾਂ ਨੂੰ ਬਿਨਾਂ ਕਿਸੇ ਇਲਾਜ ਦੇ ਵਾਪਸ ਇੰਡੀਆ ਭੇਜ ਦਿੱਤਾ ਗਿਆ ਸੀ। ਚਾਹੇ ਘਰ ਦੀ ਗਰੀਬੀ ਹੋਵੇ ਜਾਂ ਹਮਲੇ, ਸੱਟਾਂ ਵਗੈਰਾ, ਇਹਨਾਂ ਤੋਂ ਦੁੱਲਾ ਦਬਣ ਵਾਲਾ ਨਹੀਂ ਸੀ, ਸਗੋਂ ਉਹਨਾਂ ਨੇ ਆਪਣੇ ਆਪ ਨੂੰ ਅੱਗੇ ਨਾਲੋਂ ਹੋਰ ਵੀ ਜ਼ਿਆਦਾ ਟ੍ਰੇਨਡ ਕੀਤਾ ਤੇ ਅੱਜ ਦੁਨੀਆ ਦੁੱਲਾ ਬੱਗਾ ਪਿੰਡ ਵਾਲੇ ਨੂੰ ਜਾਣਦੀ ਹੈ। ਦੁੱਲਾ ਕਬੱਡੀ ਦੇ ਵਿੱਚ 2 ਟਰੈਕਟਰ 2 ਜੀਪਾਂ ਤੇ 60 ਤੋਂ ਵੀ ਵੱਧ ਮੋਟਰਸਾਈਕਲ ਜਿੱਤ ਚੁੱਕਾ ਹੈ। ਛੋਟੇ ਮੋਟੇ ਇਨਾਮ ਜਿੱਦਾਂ ਕਿ ਚਾਈਨਾ, ਛੱਲੇ, ਮੁੰਦਰੀਆਂ ਵਗੈਰਾ ਦੀ ਤਾਂ ਗਿਣਤੀ ਹੀ ਨਹੀਂ ਕਿ ਕਿੰਨੇ ਕੁ ਜਿੱਤ ਚੁੱਕਾ ਹੈ। ਫਰਵਰੀ ਸਨ 2019 ਵਿੱਚ ਉਹਨਾਂ ਨੂੰ ਫੋਰਡ ਇੰਡੈਵਰ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਉਹਨਾਂ ਲਈ ਬਹੁਤ ਵੱਡਾ ਸਨਮਾਨ ਸੀ। ਹੁਣ ਜੇ ਖੁਸ਼ੀ ਦੁੱਗਾ ਦੇ ਦੁੱਲੇ ਦੀ ਕੰਟਰੋਵਰਸੀ ਬਾਰੇ ਗੱਲ ਕਰੀਏ ਤਾਂ ਕਬੱਡੀ ਦੇ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਉਹ ਇੱਕ ਦੂਜੇ ਨੂੰ ਸਟੰਟ ਕਰਦੇ ਆ ਤਾਂ ਕਿ ਲੋਕਾਂ ਦਾ ਮੈਚ 'ਚ ਹੋਰ ਇੰਟਰਸਟ ਵੱਧ ਸਕੇ। ਬਾਕੀ ਉਹ ਆਮ ਜ਼ਿੰਦਗੀ 'ਚ ਵਧੀਆ ਦੋਸਤ ਨੇ, ਇੱਕ ਦੂਜੇ ਨੂੰ ਵਧੀਆ ਮਿਲਦੇ ਜੁਲਦੇ ਨੇ। ਸੋ ਇਹ ਸੀ ਪੰਜਾਬ ਦੇ ਕਬੱਡੀ ਖਿਡਾਰੀ ਬੈਸਟ ਰੇਡਰ ਦੁੱਲਾ ਬੱਗਾ ਪਿੰਡ ਦੀ ਬਾਇਓਗ੍ਰਾਫੀ। ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ ਨਾਲ ਇੱਕ ਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਾ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਉਦੋਂ ਤੱਕ ਰੱਬ ਰਾਖਾ।